ਸ਼ਾਬਾਸ਼ ਓਏ ਗਾਮਿਆ, ਐ ਉਸ ਪਾਗਲ ਮਾਈ ਨੂੰ ਜਾ ਕੇ ਵਿਖਾ ਦੇ। ਇੱਕ ਪੁੱਤਰ ਦੇ ਗਵਾਚਣ ਨਾਲ ਪਾਗਲ ਹੋਈ ਸੀ, ਓਏ ਇਹਨੂੰ ਵੇਖੇਗੀ ਤੇ ਉਹ ਨਹੀਂ ਮਰ ਜਾਏਗੀ। ਅਸਲਾਮ ਅਲੈਕਮ, ਹੱਸਦੇ ਰਹੋ ਵਸਦੇ ਰਹੋ, ਮੈਂ ਤਾਰਕ ਸਾਨੀ, ਤੁਸੀਂ ਵੇਖ ਰਹੇ ਹੋ ਮੇਰਾ ਯੂਟਿਊਬ ਚੈਨਲ ਰਹਿਬਰ ਇੰਟਰਟੇਨਮੈਂਟ ਪਲੱਸ। ਅੱਜ ਬੜੀ ਹੀ ਜ਼ਬਰਦਸਤ ਫਿਲਮ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਰਹੇ ਹਾਂ, ਔਰ ਨਬੀਲਾ ਦੀ ਸ਼ਾਨਦਾਰ ਐਕਟਿੰਗ ਨਾਲ ਸਜੀ ਹੋਈ ਫਿਲਮ ਗੈਰਤ ਮੇਰਾ ਨਾਂ। 17 ਸਤੰਬਰ 1971 ਬਰੋਜ਼ ਜੁਮਾ ਰਿਲੀਜ਼ ਹੋਣ ਵਾਲੀ ਇੱਕ ਬਲੈਕ ਐਂਡ ਵਾਈਟ ਪੰਜਾਬੀ ਫਿਲਮ। ਇਹ ਆਪਣੇ ਦੌਰ ਦੀ ਹਿੱਟ ਫਿਲਮ ਸੀ ਔਰ ਇਸ ਫਿਲਮ ਨੇ ਬੜਾ ਹੀ ਸ਼ਾਨਦਾਰ ਬਿਜ਼ਨਸ ਕੀਤਾ ਸੀ। ਇਸ ਫਿਲਮ ਦੇ ਅੰਦਰ ਜਿਹੜੀ ਸਭ ਤੋਂ ਅੱਛੀ, ਅਗਰ ਤੁਸੀਂ ਗੱਲ ਕਹਿ ਸਕਦੇ ਹੋ ਜਿਹੜੀ ਸਭ ਤੋਂ ਅੱਛੀ ਇਸ ਫਿਲਮ ਦੀ ਗੱਲ ਹੈ, ਮੈਂ ਸਮਝਣਾ ਕਿ ਇਹ ਫਿਲਮ ਜਿਹੜੀ ਉਹ ਨਬੀਲਾ ਦੀ ਫਿਲਮ ਹੈ। ਨਬੀਲਾ ਨੇ ਮਾਂ ਦੇ ਕਿਰਦਾਰ ਵਿੱਚ ਬੜਾ ਹੀ ਸ਼ਾਨਦਾਰ ਔਰ ਬੜਾ ਹੀ ਅੱਛਾ ਕੰਮ ਕੀਤਾ ਹੈ। ਇਹ ਕਿਵੇਂ ਪਾਕਿਸਤਾਨ ਤੋਂ ਪਹਿਲੇ ਜਦੋਂ ਪਾਕਿਸਤਾਨ ਬਣਦਾ ਹੈ ਔਰ ਫਸਾਦਾਤ ਸ਼ੁਰੂ ਹੋ ਜਾਂਦੇ ਨੇ, ਅਲਿਆਸ ਕਸ਼ਮੀਰੀ ਨੇ ਇਸ ਫਿਲਮ ਦੇ ਅੰਦਰ ਮੁਖਤਸਰ ਦਾ ਰੋਲ ਕੀਤਾ ਹੈ। ਅਲਿਆਸ ਕਸ਼ਮੀਰੀ ਅਤੇ ਜਿਹੜੇ ਨਬੀਲਾ ਆਉਂਦੇ ਨੇ, ਇਹ ਆਪਸ ਹੀ ਮੀਆਂ ਬੀਵੀ ਆਉਂਦੇ ਨੇ, ਇਹਨਾਂ ਦੇ ਦੋ ਬੱਚੇ ਅਤੇ ਇੱਕ ਧੀ ਆਉਂਦੀ ਹੈ। ਜਦੋਂ ਪਾਕਿਸਤਾਨ ਦੇ ਕਿਆ ਹੁੰਦਾ, ਐਲਾਨ ਹੁੰਦਾ, ਫਸਾਦਾਤ ਜਿਹੜਾ ਮੁਲਕ ਨੂੰ ਆਪਣੀ ਲਪੇਟ ਹੀ ਲੈ ਲੈਂਦੇ ਨੇ, ਅਤੇ ਜਿਹੜਾ ਉਹਦਾ ਅਲਿਆਸ ਕਸ਼ਮੀਰੀ ਹੁੰਦਾ ਹੈ ਉਸਨੂੰ ਕਤਲ ਕਰ ਦਿੱਤਾ ਜਾਂਦਾ, ਅਤੇ ਉਹਦਾ ਜਿਹੜਾ ਇੱਕ ਪੁੱਤਰ ਹੁੰਦਾ ਹੈ ਅਲਿਆਸ ਕਸ਼ਮੀਰੀ ਦਾ, ਉਹ ਦਿਲਦਾਰ ਹੁੰਦਾ ਹੈ, ਔਰ ਦਿਲਦਾਰ ਜਿਹੜਾ ਜਜ਼ਬਾਤੀ ਕਿਸਮ ਦਾ ਬੱਚਾ ਹੁੰਦਾ ਹੈ। ਦਿਲਦਾਰ ਖੰਜਰ ਚੁੱਕ ਕੇ ਆਪਣੇ ਪਿਓ ਦੇ ਕਾਤਲ ਦੇ ਪਿੱਛੇ ਨੱਸਦਾ ਔਰ ਵਿਛੜ ਜਾਂਦਾ ਹੈ। ਮਾਂ ਜਿਹੜੀ ਉਸਦੀ ਜੁਦਾਈ 'ਚ ਪਾਗਲ ਹੋ ਜਾਂਦੀ ਹੈ, ਔਰ ਉਸਦਾ ਜਿਹੜਾ ਵੱਡਾ ਭਰਾ ਹੁੰਦਾ ਹੈ ਕਾਦਰਾ, ਕਾਦਰੇ ਦਾ ਕਿਰਦਾਰ ਜਿਹੜਾ ਅਦਾਕਾਰ ਸੁਧੀਰ ਨੇ ਅਦਾ ਕੀਤਾ ਹੈ, ਔਰ ਉਹਦੀ ਇੱਕ ਧੀ ਆਉਂਦੀ ਅਜ਼ਰਾ, ਅਜ਼ਰਾ ਦਾ ਕਿਰਦਾਰ ਅਦਾਕਾਰਾ ਰੁਖਸਾਨਾ ਨੇ ਅਦਾ ਕੀਤਾ ਹੈ। ਉਹ ਮਾਂ ਜਿਹੜੀ ਹੁੰਦੀ ਹੈ ਉਹ ਬੱਚੇ ਦੀ ਯਾਦ ਵਿੱਚ ਪਾਗਲ ਹੋ ਜਾਂਦੀ ਹੈ, ਉਹ ਦਿਲਦਾਰ ਦਿਲਦਾਰ ਕਰਦੀ ਹੈ ਔਰ ਗਲੀ ਗਲੀ ਮੱਲੇ ਮੱਲੇ ਪਾਗਲਾਂ ਦੀ ਤਰ੍ਹਾਂ ਉਸਨੂੰ ਟੂਰਦੀ ਹੈ। ਔਰ ਜਿਹੜਾ ਦਿਲਦਾਰ ਹੁੰਦਾ ਹੈ ਡਾਕੂ ਦੇ ਹੱਥੇ ਚੜ ਜਾਂਦਾ ਹੈ, ਜਿਹੜਾ ਉਸਨੂੰ ਦਿਲਦਾਰ ਤੂੰ ਦਾਰਾ ਡਾਕੂ ਬਣਾ ਦਿੰਦਾ ਹੈ। ਏ ਕਬਰੂ, ਮੇਰਾ ਦੁਸ਼ਮਣ ਜ਼ਰੂਰ ਹੈ ਮੰਗੋ, ਪਰ ਸਮਝ ਨਹੀਂ ਆਉਂਦੀ ਇਹਦਾ ਲਹੂ ਵੇਖ ਕੇ ਮੇਰੇ ਕਲੇਜੇ ਨੂੰ ਹੱਥ ਕਿਉਂ ਪੈ ਗਿਆ। ਦਾਰਾ ਡਾਕੂ ਜਿਹੜਾ ਹੁੰਦਾ ਉਹ ਇਲਾਕੇ ਦਾ ਬੜਾ ਹੀ ਖੂਨਖਾਰ ਡਾਕੂ ਹੁੰਦਾ ਹੈ ਔਰ ਬੜਾ ਹੀ ਉਹਦਾ ਨਾਂ ਆਉਂਦਾ ਹੈ। ਦਾਰੇ ਦਾ ਕਿਰਦਾਰ ਅਦਾਕਾਰ ਯੂਸਫ ਖਾਨ ਨੇ ਅਦਾ ਕੀਤਾ ਹੈ। ਸੁਲਤਾਨੀ ਨੇ ਸਿੰਘ ਦੇ ਅੰਦਰ ਚੌਧਰੀ ਨਜ਼ਰੀ ਦਾ ਕਿਰਦਾਰ ਅਦਾ ਕੀਤਾ ਹੈ, ਜਿਹੜਾ ਇਲਾਕੇ ਦਾ ਚੌਧਰੀ ਹੁੰਦਾ ਹੈ, ਔਰ ਉਸਦਾ ਇੱਕ ਤਕੀਆ ਕਲਾਮ ਬੜਾ ਮਸ਼ਹੂਰ ਹੁੰਦਾ ਹੈ ਕਿ ਮੈਂ ਜੱਦੀ ਪੁਸ਼ਤੀ ਰਹੀ ਸਾਂ। ਔਰ ਫਿਰਦੋਸ ਨੇ ਇਸ ਫਿਲਮ ਦੇ ਅੰਦਰ ਸਿਲਵਾਂ ਦਾ ਕਿਰਦਾਰ ਅਦਾ ਕੀਤਾ ਹੈ, ਜਿਹੜੀ ਚੌਧਰੀ ਨਜ਼ਰੇ ਸੁਲਤਾਨ ਰਾਏ ਦੀ ਭੈਣ ਹੁੰਦੀ ਹੈ। ਸਲਮਾ ਸ਼ਹਿਰ ਚ ਪੜ੍ਹ ਲਿਖ ਕੇ ਆਉਂਦੀ ਔਰ ਆ ਕੇ ਜਿਹੜਾ ਕਾਦਰਾ ਹੁੰਦਾ ਹੈ ਉਹਦਾ ਬਚਪਨ ਦਾ ਪਿਆਰ ਹੁੰਦਾ ਹੈ, ਉਹ ਕਾਦਰੇ ਨਾਲ ਮੁਹੱਬਤ ਕਰਦੀ ਹੈ, ਤੇ ਜਿਹੜਾ ਚੌਧਰੀ ਨਜ਼ਰਾਂ ਹੁੰਦਾ ਹੈ ਸੁਲਤਾਨ ਰਾਏ ਉਹ ਅਜ਼ਰਾ ਤੇ ਨਜ਼ਰ ਰੱਖਦਾ ਹੈ, ਅਜ਼ਰਾ ਜਿਹੜੀ ਰੁਖਸਾਨਾ ਹੁੰਦੀ ਉਹਦੇ ਉੱਤੇ ਨਜ਼ਰ ਰੱਖਦਾ ਹੈ ਔਰ ਉਹਨੂੰ ਚੁੱਕਣ ਦੀ ਵੀ ਕੋਸ਼ਿਸ਼ ਕਰਦਾ ਹੈ। ਭੈਣ ਜਿਹੜੀ ਹੁੰਦੀ ਹੈ ਅਜ਼ਰਾ, ਉਹਦੀ ਸ਼ਾਦੀ ਦਾ ਦਿਨ ਆ ਜਾਂਦਾ ਹੈ ਔਰ ਜਿਹੜਾ ਕਾਦਰਾ ਹੁੰਦਾ ਹੈ ਸੁਧੀਰ, ਸੁਧੀਰ ਦਾ ਜਿਹੜਾ ਕੰਮ ਕੋਈ ਖਾਸ ਇਤਨਾ ਇਸ ਫਿਲਮ ਦੇ ਅੰਦਰ ਨਹੀਂ ਹੈ, ਇੱਕ ਰਵਾਇਤੀ ਕੰਮ ਹੈ ਔਰ ਸਭ ਤੋਂ ਬਿਹਤਰੀਨ ਜਿਹੜਾ ਕੰਮ ਹੈ ਉਹ ਨਬੀਲਾ ਦਾ ਹੈ।
ਉਸ ਤੋਂ ਬਾਅਦ ਜਿਹੜਾ ਯੂਸਫ ਖਾਨ ਨੇ ਦਾਰੇ ਡਾਕੂ ਦੇ ਕਿਰਦਾਰ ਵਿੱਚ ਬੜੀ ਹੀ ਸ਼ਾਨਦਾਰ ਐਕਟਿੰਗ ਕੀਤੀ ਹੈ। ਪਿੰਡ ਦੀ ਚੌਕੀਦਾਰੀ ਕਰ ਰਿਹਾ ਹੁੰਦਾ ਕਾਦਰਾ, ਔਰ ਉਹਦਾ ਜਿਹੜਾ ਮੁਕਾਬਲਾ ਉਹ ਦਾਰੇ ਡਾਕੂ ਨਾਲ ਹੋ ਜਾਂਦਾ। ਦਾਰੇ ਡਾਕੂ ਦੇ ਬੰਦੇ ਜ਼ਖਮੀ ਹੋ ਜਾਂਦੇ ਨੇ ਪੁਲਿਸ ਆਉਣ 'ਤੇ, ਦਾਰੇ ਡਾਕੂ ਫਰਾਰ ਹੋ ਜਾਂਦਾ। ਜਦੋਂ ਕਾਦਰੇ ਦੀ ਭੈਣ ਦੀ ਸ਼ਾਦੀ ਦਾ ਟਾਈਮ ਆਉਂਦਾ ਅਤੇ ਜਿਹੜਾ ਕਾਦਰਾ ਆਉਂਦੇ ਉਹ ਆਪਣੇ ਠੱਗੇ ਵੇਚ ਦਿੰਦਾ, ਔਰ ਵੇਚ ਕੇ ਜਦੋਂ ਉਹ ਰਕਮ ਲੈ ਕੇ ਵਾਪਸ ਆ ਰਿਹਾ ਹੁੰਦਾ ਅਤੇ ਉਹਨੂੰ ਡਾਕੂ ਹਮਲਾ ਕਰਦੇ ਨੇ ਔਰ ਉਹਦੀ ਰਕਮ ਲੁੱਟ ਲੈਂਦੇ ਨੇ। ਉਹ ਡਾਕੂ ਨਹੀਂ ਹੁੰਦੇ ਬਲਕਿ ਉਹ ਚੌਧਰੀ ਨਜ਼ਰੇ ਦੇ ਬੰਦੇ ਹੁੰਦੇ ਨੇ। ਉਹ ਕਾਦਰੇ ਨੂੰ ਮਾਰ ਕੇ ਸੁੱਟ ਦਿੰਦੇ ਦਰਿਆ 'ਚ, ਔਰ ਦਰਿਆ 'ਚ ਸੁੱਟ ਦਿੰਦੇ ਨੇ, ਆਪਣੀ ਤਰਫੋਂ ਮਾਰ ਦਿੰਦੇ, ਲੇਕਿਨ ਦਰਿਆ ਦੇ ਕੰਢੇ 'ਤੇ ਉਹ ਡਾਕੂ ਜਿਹੜੇ ਦਾਰਾ ਡਾਕੂ ਹੁੰਦੇ ਉਹਦੇ ਸਾਥੀਆਂ ਦੇ ਉਹਨੂੰ ਚੁੱਕ ਕੇ ਆਪਣੇ ਕੋਲ ਲੈ ਜਾਂਦੇ ਨੇ। ਇੱਧਰ ਜਦੋਂ ਮਾਂ ਨੂੰ ਪਤਾ ਚੱਲਦਾ ਕਿ ਕਾਦਰਾ ਮਾਰਿਆ ਗਿਆ, ਉਹ ਦੀਵਾਨੀਆਂ ਦੀ ਤਰ੍ਹਾਂ ਫਿਰਦੀ ਏ ਔਰ ਆਪਣੀ ਬੱਚੀ ਨੂੰ ਲੈ ਕੇ ਉਹ ਬੱਚੀ ਦੀ ਹਿਫਾਜ਼ਤ ਕਰਦੀ ਏ, ਔਰ ਕਈ ਦਫ਼ਾ ਨਜ਼ਰਾਂ ਉਹਨੂੰ ਚੁੱਕਣ ਦੀ ਕੋਸ਼ਿਸ਼ ਕਰਦਾ, ਇੱਕ ਦਫ਼ਾ ਚੁੱਕ ਕੇ ਵੀ ਲੈ ਜਾਂਦਾ, ਉਹਦੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕਰਦਾ, ਲੇਕਿਨ ਟਗਾ ਆ ਜਾਂਦਾ, ਟਗਾ ਕੇ ਉਹ ਨਜ਼ਰੇ ਨੂੰ ਮਾਰ ਮਾਰ ਕੇ ਉਹਦੀ ਇੱਜ਼ਤ ਬਚਾ ਲੈਂਦਾ। ਇੱਥੇ ਜਦੋਂ ਕਾਦਰਾ ਜਿਹੜਾ ਆਉਂਦਾ ਉਹ ਦਾਰੇ ਡਾਕੂ ਕੋਲ ਪਹੁੰਚ ਜਾਂਦਾ, ਦਾਰਾ ਡਾਕੂ ਨੂੰ ਦੇਖਦਾ ਔਰ ਗੋਲੀ ਮਾਰਨ ਲੱਗਦਾ, ਲੇਕਿਨ ਉਸਨੂੰ ਇਹ ਪਤਾ ਚੱਲਦਾ ਕਿ ਯਾਰ ਕੋਈ ਉਹਨੂੰ ਕਸ਼ਿਸ਼ ਮਹਿਸੂਸ ਹੁੰਦੀ ਹੈ, ਉਹਨੂੰ ਛੋੜ ਦਿੰਦਾ ਔਰ ਉਹਨੂੰ ਆਪਣਾ ਭਰਾ ਬੁਲਾ ਲੈਂਦਾ, ਔਰ ਭਰਾ ਬਣਾ ਕੇ ਜ਼ੇਵਰ ਉਹਦੇ ਹਵਾਲੇ ਕਰਦਾ ਹੈ। ਕਹਿੰਦਾ ਇਹ ਜ਼ੇਵਰ ਏ, ਤੂੰ ਜਾ ਕੇ ਆਪਣੀ ਭੈਣ ਨੂੰ ਸ਼ਾਦੀ ਦੇ ਮੌਕੇ 'ਤੇ ਦੇ ਦੀ, ਔਰ ਖੁਦ ਵੀ ਪੇਸ ਬਦਲ ਕੇ ਉੱਥੇ ਚਲਾ ਜਾਂਦਾ। ਜਿਹੜਾ ਚੌਧਰੀ ਨਜ਼ਰਾਂ ਹੁੰਦਾ ਉਹ ਪੁਲਿਸ ਨੂੰ ਲੈ ਕੇ ਆ ਜਾਂਦਾ ਔਰ ਸਾਬਤ ਕਰਦਾ ਕਿ ਉਹ ਜ਼ੇਵਰ ਚੋਰੀ ਦੇ ਸਨ। ਜ਼ੇਵਰ ਪੁਲਿਸ ਉਤਾਰ ਕੇ ਲੈ ਜਾਂਦੀ ਹੈ ਔਰ ਕਾਦਰੇ ਨੂੰ ਗ੍ਰਿਫਤਾਰ ਕਰ ਲੈਂਦੀ ਹੈ। ਦਾਰੇ ਨੂੰ ਜਦੋਂ ਪਤਾ ਚੱਲਦਾ ਕਾਦਰਾ ਗ੍ਰਿਫਤਾਰ ਹੋ ਗਿਆ, ਉਹ ਆ ਜਾਂਦਾ ਔਰ ਆ ਕੇ ਮਾਂ ਦੇ ਕੋਲ ਮਿਲਦਾ ਔਰ ਮਾਂ ਨੂੰ ਪਛਾਣ ਲੈਂਦਾ, ਵਿਛੜੇ ਆਪਸ ਹੀ ਮਿਲ ਜਾਂਦੇ ਨੇ। ਇੱਧਰੋਂ ਜਿਹੜਾ ਨਜ਼ਰਾਂ ਆਉਂਦਾ ਆ ਕੇ ਉਹਨੂੰ ਚੁੱਕਣ ਦੀ ਕੋਸ਼ਿਸ਼ ਕਰਦਾ ਅਜ਼ਰਾ, ਔਰ ਜਿਹੜਾ ਕਾਦਰਾ ਆਉਂਦਾ ਉਹ ਨਜ਼ਰੇ ਨੂੰ ਮਾਰ ਦਿੰਦਾ ਔਰ ਖੁਦ ਵੀ ਮਾਰਿਆ ਜਾਂਦਾ। ਔਰ ਇਸ ਤੋਂ ਪਹਿਲਾਂ ਦਾਰਾ ਜਾਂਦਾ ਜਾ ਕੇ ਥਾਣੇ 'ਚ ਉਹਦੀ ਬੇਗੁਨਾਹੀ ਦਾ ਸਬੂਤ ਦਿੰਦਾ ਔਰ ਆਖਰ 'ਤੇ ਉਹ ਚੌਧਰੀ ਨਜ਼ਰੇ ਨੂੰ ਮਾਰ ਦਿੰਦਾ। ਔਰ ਇਹ ਬੜੀ ਜ਼ਬਰਦਸਤ ਫਿਲਮ ਹੈ, ਫਿਲਮ ਯੂਟਿਊਬ 'ਤੇ ਮੌਜੂਦ ਹੈ। ਅਗਰ ਤੁਹਾਨੂੰ ਮੇਰੀ ਮਾਲੂਮਾਤ ਅੱਛੀ ਲੱਗੀ ਹੋਵੇ ਮੇਰੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ, ਅਤੇ ਨੈਕਸਟ ਵੀਡੀਓ ਤੱਕ ਰੱਬ ਰਾਖਾ।